ਅਸੀਂ ਸਰਦੀਆਂ ਦਾ ਇੱਕ ਹੋਰ ਤੋਹਫ਼ਾ ਪੰਜਾਬੀ ਲੋਕਾਂ ਦਾ ਜਿਹੜਾ ਖਾਸ ਹੈ ਬਣਾ ਰਹੇ ਹਾਂ, ਮੋਠਾਂ ਦੀ ਖਿਚੜੀ। ਮੋਠਾਂ ਦੀ ਖਿਚੜੀ ਜਿਹੜੀ ਹੈ ਪੰਜਾਬੀਆਂ ਦੇ, ਖਾਸ ਕਰਕੇ ਜਿਹੜੇ ਲੋਕ ਪਾਕਿਸਤਾਨ ਤੋਂ ਮਾਈਗ੍ਰੇਟ ਹੋ ਕੇ ਆਏ ਨੇ, ਉਹਨਾਂ ਦੀ ਤਾਂ ਇਹ ਬਹੁਤ ਹੀ ਜਿਹੜੀ ਮਨ ਪਿਆਰਾ, ਦਿਲ ਨੂੰ ਭਾਉਂਦਾ ਜਿਹੜਾ ਖਾਣਾ ਉਹ ਹੈ ਖਿਚੜੀ। ਵੈਸੇ ਤਾਂ ਬੜੀ ਤਰ੍ਹਾਂ ਦੀ ਬਣਦੀ ਹੈ, ਔਰ ਇਹ ਅਸੀਂ ਮੋਠਾਂ ਦੀ ਜਿਹੜੀ ਖਿਚੜੀ ਹੈ ਉਹਦੇ ਵਾਸਤੇ ਆਪਾਂ ਨੂੰ ਮੋਠ ਲੈਣੇ ਹੈ ਚੰਗੀ ਕੁਆਲਿਟੀ ਦੇ, ਕਿਉਂਕਿ ਮੋਠਾਂ ਦੇ ਵਿੱਚ ਨਾ ਇੱਕ ਕਹਿੰਦੇ ਨੇ ਕੋੜਕੂ, ਕੋੜਕੂ ਹੁੰਦੇ ਨੇ ਜਿਹੜੇ ਕਿ ਬਹੁਤ ਵਿੱਚ ਹਾਰਡ ਦਾਣੇ ਰਹਿ ਜਾਂਦੇ ਨੇ ਨਾ, ਉਹਨਾਂ ਨੂੰ ਕੋੜਕੂ ਕਿਹਾ ਜਾਂਦਾ, ਅਤੇ ਉਹ ਹੁੰਦੇ ਨੇ ਅਤੇ ਕਈ ਵਾਰੀ ਉਹ ਹਾਰਡ ਵਿੱਚ ਰਹਿ ਜਾਂਦੇ ਨੇ, ਪਰ ਕੋਈ ਨਹੀਂ ਬਲ ਜਾਂਦੇ ਹੈ ਫਿਰ ਦੰਦ ਟੁੱਟਣ ਦਾ ਖਤਰਾ ਵੀ ਹੁੰਦਾ, ਇੰਨੇ ਸਖਤ ਹੁੰਦੇ ਕਈ ਵਾਰੀ। ਹਾਂ, ਦੰਦ ਟੁੱਟਣ ਦਾ ਤਾਂ ਕੋਈ ਨਹੀਂ ਹੁੰਦਾ, ਪਰ ਅੱਛਾ ਮੈਂ ਇੱਕ ਗਲਾਸ ਲਿਆ ਇਹ ਮੋਠਾ ਦਾ, ਜਿਹੜਾ ਮੋਠ ਹੈ ਨਾ ਇੱਕ ਗਲਾਸ ਲਏ। ਅੱਛਾ, ਇੱਕ ਗਲਾਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਹਿਲਾਂ ਸਾਨੂੰ ਮੋਠ ਹੀ ਉਬਾਲਣੇ ਨੇ, ਠੀਕ ਹੈ। ਉਹਦੇ ਵਾਸਤੇ ਇੱਕ ਗਲਾਸ ਅਸੀਂ ਜਦੋਂ ਇਹ ਲਿਆ ਤਾਂ ਇਹਦੇ ਵਿੱਚ ਡੇਢ ਗਲਾਸ ਹੀ ਅਸੀਂ ਪਾਣੀ ਪਾਉਣਾ, ਜ਼ਿਆਦਾ ਪਾਣੀ ਨਹੀਂ ਪਾਉਣਾ, ਕਿਉਂਕਿ ਜ਼ਿਆਦਾ ਪਾਣੀ ਜੇ ਹੁਣੇ ਹੀ ਪਾ ਦਾਂਗੇ ਤਾਂ ਫਿਰ ਮੋਠ ਕਦੋਂ ਗਲਣਗੇ ਜਾ ਕੇ। ਦਾਲਾਂ ਜਿਹੜੀਆਂ ਨੇ ਉਹ ਘੱਟ ਪਾਣੀ ਜੇ ਪਾਓ ਤਾਂ ਜਲਦੀ ਗਲ ਜਾਂਦੀਆਂ ਨੇ, ਜ਼ਿਆਦਾ ਪਾਣੀਆਂ ਦੇ ਵਿੱਚ ਫਿਰ ਬਹੁਤ ਜ਼ਿਆਦਾ ਟਾਈਮ ਲਗਾਉਣਾ ਪੈਂਦਾ। ਇਹਦੇ ਵਿੱਚ ਇੱਕ ਅਸੀਂ ਚਮਚ ਜਿਹੜਾ ਵੇ ਇਹ ਇਹ ਮੋਠਾਂ ਦਾ ਮੈਂ ਪਾ ਰਹੀ ਹਾਂ, ਇਹਦੇ ਵਾਸਤੇ ਜਦੋਂ ਚਾਵਲ ਪਾਵਾਂਗੀ ਉਹ ਕੀ ਚਮਚ ਹੈ ਨਮਕ, ਨਮਕ ਜਿਹੜਾ ਸ਼ਿੰਦਾ ਨਮਕ। ਇਸ ਖਿਚੜੀ ਦੀ ਖਾਸੀਅਤ ਹੈ ਵੀ ਇਹਦੇ ਵਿੱਚ ਕੁਛ ਵੀ ਹੋਰ ਨਹੀਂ ਪੈਂਦਾ, ਕੁਛ ਵੀ ਜਿਹੜਾ ਕਹਿੰਦੇ ਆ ਨਾ ਜਸਟ ਨਮਕ, ਜੇ ਕੋਈ ਪਾਉਣਾ ਚਾਹੇ ਤਾਂ ਕਾਲੀ ਮਿਰਚ ਪਾ ਲੈ, ਸਾਡੇ ਚ ਰਿਵਾਜ਼ ਨਹੀਂ ਸੀ ਕਾਲੀ ਮਿਰਚ ਪਾਉਣ ਦਾ। ਇਹਨੂੰ ਮੈਂ ਇਹਦੇ ਉੱਤੇ ਰੱਖ ਦਿੰਦਾ, ਇਹ ਜਿਹੜੀ ਹੈ ਦਾਲ ਇਹਨੂੰ ਇੱਕ ਵਿਸਲ ਤੋਂ ਬਾਅਦ ਜਦੋਂ ਮੈਂ ਆਹਿਸਤਾ ਕਰ ਗਿਆ ਸੀ ਤਾਂ 15 ਮਿੰਟ ਇਹਨੂੰ ਅਸੀਂ ਇਹਦੇ ਉੱਤੇ ਰੱਖਾਂਗੇ। ਅੱਛਾ ਨਹੀਂ, ਇਹਦੇ ਵਿੱਚ ਇੱਕ ਹੋਰ, ਇਹ ਦੇਖੋ ਖਿਚੜੀ ਜਿਹੜੀ ਹੈ ਨਾ ਇਹ ਨਾਮ ਹੈਗਾ ਵੇ ਘਿਓ, ਕਹਾਵਤ ਵੀ ਹੈ ਘਿਓ ਖਿਚੜੀ, ਘਿਓ ਇਹਦੇ ਵਿੱਚ ਜਿੰਨਾ ਮਰਜ਼ੀ ਪਾਉਂਦੇ ਜਾਓ ਪਾਉਂਦੇ ਜਾਓ, ਪਰ ਅੱਜ ਕੱਲ੍ਹ ਬਈ ਸਾਰੇ ਹੈਲਥ ਕੌਨਸ਼ੀਅਸ ਨੇ, ਜ਼ਿਆਦਾ ਤਾਂ ਨਹੀਂ ਪਾਉਣਾ, ਹੈਲਥ ਕੌਨਸ਼ੀਅਸ ਜ਼ਰੂਰ ਨੇ ਪਰ ਹੈਲਥ ਘਿਓ ਖਾਣ ਵਾਲਿਆਂ ਦੀ ਸੀਗੀ ਪਹਿਲਾਂ, ਕਿਉਂਕਿ ਉਹ ਵਧੀਆ ਘਿਓ ਖਾਂਦੇ ਸੀ ਅਤੇ ਵਧੀਆ ਮਤਲਬ ਮੈਂ ਵੀ ਐਕਸਰਸਾਈਜ਼ ਬਹੁਤ ਸੀ, ਕੰਮ ਬਹੁਤ ਕਰਨਾ ਪੈਂਦਾ ਸੀ। ਅੱਜ ਮੈਂ ਫਰੈਸ਼ ਘਿਓ ਬਣਾਇਆ, ਦੇਖੋ ਜਰਾ ਅਜੇ ਤਾਂ ਮੈਂ ਪਲਟਿਆ ਵੀ ਨਹੀਂ ਹੈ, ਅਤੇ ਮੈਂ ਨਾ ਇੱਕ ਚਮਚ ਜਿਹੜਾ ਕੀ ਹੈ ਅੰਦਾਜ਼ੇ ਨਾਲ ਇਹ ਵਿੱਚ ਪਾਤਾ, ਨਮਕ ਵੀ ਪਾਤਾ, ਘੀ ਵੀ ਪਾਤਾ। ਹੁਣ ਮੈਂ ਇਹਨੂੰ ਬੰਦ ਕਰਕੇ ਰੱਖ ਲਿਆ ਜੀ। ਉਸ ਤੋਂ ਬਾਅਦ ਆਪਾਂ ਨੂੰ ਚਾਹੀਦੇ ਨੇ ਜਿੰਨਾ ਤੁਸੀਂ ਦਾਲ ਲਈ ਹੈ ਨਾ ਉਨੇ ਹੀ ਲੈਣੇ ਨੇ ਚਾਵਲ। ਚਾਵਲ ਇਹਦੇ ਵਿੱਚ ਮੈਨੂੰ ਤਾਂ ਆਦਤ ਤੇ ਬਾਸਮਤੀ ਵਧੀਆ ਵਾਲੀ ਸਾਬਤ ਵਾਲੀ ਲੈਣੀ ਹੈ, ਲੇਕਿਨ ਇਹਦੇ ਵਿੱਚ ਤੁਸੀਂ ਅਦਹਰ ਟੋਟਾ ਜਿਹੜੇ ਦੂਜੇ ਹੈ ਉਹ ਵੀ ਪਾ ਸਕਦੇ ਹੋ। ਅਤੇ ਇਹਨਾਂ ਚਾਵਲਾਂ ਨੂੰ ਹੁਣ ਮੈਂ ਧੋ ਕੇ ਅਤੇ ਭਿਗੋ ਦਿਆਂਗੀ, ਅਤੇ ਨੈਕਸਟ ਜਦੋਂ ਇਹ ਹੋ ਜਾਏਗਾ ਫਿਰ ਦੱਸਦੇ ਹਾਂ ਵੀ ਆਪਾਂ ਅੱਗੋਂ ਕੀ ਕਰਦੇ ਹਾਂ। ਦੋਸਤੋ ਆਪਾਂ ਨੂੰ 15 ਮਿੰਟ, ਮੈਂ ਇਹਨੂੰ 15 ਤੋਂ ਥੋੜ੍ਹੇ ਜਿਹੇ ਜ਼ਿਆਦਾ ਹੀ, ਕਿਉਂਕਿ ਮੋਠ ਜਿਹੜੇ ਨਾ ਉਹ ਗਲਣ 'ਚ ਥੋੜ੍ਹੀ ਜਿਹੀ ਟਾਈਮ ਲੈਂਦੇ ਆ, ਥੋੜ੍ਹਾ ਜ਼ਿਆਦਾ ਕੀਤਾ ਔਰ ਸਟੀਮ ਵੀ ਨਿਕਲ ਗਈ, ਅਤੇ ਹੁਣ ਆਪਾਂ ਚੈੱਕ ਕਰ ਲੈਂਦੇ ਹਾਂ ਵੀ ਇਹ ਦੇਖੋ ਪਾਣੀ ਆਪਣਾ ਪੂਰਾ ਪੂਰਾ ਹੀ ਸੀਗਾ, ਪੂਰਾ ਪੂਰਾ ਹੀ ਹੋਣਾ ਚਾਹੀਦਾ, ਬਹੁਤ ਜ਼ਿਆਦਾ ਪਾਣੀ ਉਹ ਗਲ ਗਏ, ਬਹੁਤ ਸੋਹਣੇ ਗਲ ਗਏ ਨੇ। ਹੁਣ ਅਸੀਂ ਇਹਦੇ ਵਿੱਚ ਕੀ ਕਰਨਾ,
ਦੇਖੋ ਜਿਹੜੀ ਇਹ ਹੈਗੀ ਹੈ ਨਾ ਤੁਹਾਡੇ ਖਿਚੜੀ, ਇਹ ਫੁੱਲ ਪ੍ਰੋਟੀਨ ਹੈ, ਮਤਲਬ ਇਹ ਬੈਸਟ ਪ੍ਰੋਟੀਨ ਹੈ ਵੈਜੀਟੇਰੀਅਨਸ ਵਾਸਤੇ। ਨੋਨ ਵੈਜ ਤਾਂ ਲੋਕ ਬਹੁਤ ਕੁਛ ਖਾ ਲੈਂਦੇ ਨੇ। ਅੱਛਾ, ਨਾਲ ਨਾਲ ਮੈਂ ਦੱਸਾਂ ਵੀ ਇੱਕ ਗਲਾਸ ਮੈਂ ਚਾਵਲ ਪਾਏ ਸੀਗੇ, ਅਤੇ ਵੈਸੇ ਆਪਾਂ ਚਾਵਲ ਬਣਾਉਣੇ ਹੋਣ ਤਾਂ ਇੱਕ ਗਲਾਸ ਦੇ ਵਿੱਚ 2 ਗਲਾਸ ਪਾਣੀ ਪੈਂਦਾ, ਲੇਕਿਨ ਅਸੀਂ ਬਣਾ ਰਹੇ ਹਾਂ ਖਿਚੜੀ, ਇਸ ਕਰਕੇ ਇਹਦੇ ਵਿੱਚ ਪਏਗਾ 3 ਗਲਾਸ ਪਲੱਸ ਪਾਣੀ। ਠੀਕ ਹੈ, ਐਵੇਂ ਮਾੜਾ ਜਿਹਾ ਕੁੱਟ ਕੁੱਟ ਕੇ ਪਾਇਆ। ਅੱਛਾ, ਹੁਣ ਅਸੀਂ ਫਿਰ ਬਲੀਏ ਗੈਸ, ਅਤੇ ਲਓ ਇਹ ਦੇਖੋ ਜਿਹੜੀ ਦਾਲ ਹੈ ਨਾ ਉਹ ਆਪਣੀ ਇੱਦਾਂ ਪੱਕ ਗਈ ਹੈ। ਨਮਕ ਆਪਾਂ ਇਹਦੇ 'ਚ ਪਾਇਆ ਹੋਇਆ ਪਹਿਲਾਂ ਦਾਲ ਦੇ ਹਿੱਸੇ ਦਾ, ਅਤੇ ਇਹ ਆਪਾਂ ਉਹਨਾਂ ਨੂੰ ਚਾਵਲ ਧੋ ਕੇ ਇਹ 5 ਲੀਟਰ ਦੇ ਕੁੱਕਰ ਦੇ ਵਿੱਚ, ਮੈਂ ਇੱਕ ਗੱਲ ਦੱਸ ਦੇਣਾ ਚਾਹੁੰਦੀ ਹਾਂ ਵੀ 1 ਗਲਾਸ ਚਾਵਲ ਅਤੇ 1 ਗਲਾਸ ਦਾਲ ਤੋਂ ਵੱਧ ਨਹੀਂ ਬਣਦੀ। ਇਹ ਵੀ ਹੁਣ ਪੂਰਾ ਭਰ ਜਾਣਾ ਹੈ ਇਸਨੇ, ਅਤੇ ਹੁਣ ਅਸੀਂ ਪਾਈਏ ਇਹਦੇ ਵਿੱਚ ਚਾਵਲ। ਇੱਕ ਤੁਹਾਨੂੰ ਗੱਲ ਦੱਸਾਂ, ਟਿਪ ਹੈ ਕਿ ਜਿਹੜਾ ਚਾਵਲ ਦੇ ਵਿੱਚ ਨਮਕ ਹੈ ਨਾ, ਕਦੇ ਵੀ ਚਾਵਲ ਬਣਾਉਣੇ ਹੋਣ, ਚਾਵਲਾਂ ਦੇ ਹਿੱਸੇ ਦਾ ਨਮਕ 1 ਚਮਚ ਹੀ ਪੈਂਦਾ ਭਰਿਆ ਹੋਇਆ। ਅਤੇ ਖਿਚੜੀ ਹੈ, ਖਿਚੜੀ ਥੋੜ੍ਹੀ ਕਰਾਰੀ ਚੰਗੀ, ਵੈਸੇ ਇਹ ਕਰਾਰੀ ਆਪਣੇ ਆਪ 'ਚ ਹੀ ਹੁੰਦੀ ਹੈ, ਲੇਕਿਨ ਇਹਦੇ ਵਿੱਚ ਅਸੀਂ 1 ਚਮਚ ਨਾਲੋਂ ਥੋੜ੍ਹਾ ਜਿਹਾ ਫਾਲਤੂ ਨਮਕ ਪਾਇਆ। ਇਹ ਮੇਰਾ ਸਿੰਧਾ ਨਮਕ ਹੈ। ਹੁਣ ਆ ਗਈ ਵਾਰੀ ਘਿਓ ਦੀ। ਇਹ ਹੁਣ 1 ਇਹਦੇ 'ਚ ਵਿਸਲ ਆ ਚੁੱਕੀ ਹੈ, ਅਤੇ 1 ਹੀ ਵਿਸਲ ਜਵਾਨੀ ਹੈ, ਅਤੇ ਸਟੀਮ ਵੀ ਜਿਹੜੀ ਹੈ ਉਹ ਨਿਕਲ ਗਈ ਹੈ। ਹੁਣ ਅਸੀਂ ਚੈੱਕ ਕਰ ਲੈਂਦੇ ਹਾਂ ਵੀ ਕਿੰਨੀ ਕੁ, ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਹਿਲਾਉਣਾ ਜ਼ਰੂਰ ਹੈ, ਕਿਉਂਕਿ ਇਹ ਮੇਰੇ ਚਾਵਲ ਜਿਹੜੇ ਸੀ ਨਾ ਇਹ ਬਹੁਤ ਵੱਡੇ ਵਾਲੇ ਮੋਟੇ ਵਾਲੇ ਜਿਹੜੇ ਸੀਗੇ ਫੁੱਲ ਚਾਵਲ ਜਿਹੜੇ ਹੈ ਉਹ ਸੀ। ਦੇਖੋ ਇਹ ਹੁਣ ਨਾ ਆਈ ਥਿੰਕ ਦੇਖੋ ਕਲਰ ਤਾਂ ਬੜਾ ਅੱਛਾ ਲੱਗ ਰਿਹਾ ਔਰ ਬਨਗੀ ਲੱਗਦੀ ਹੈ। ਅਤੇ ਇਹਦੇ ਵਿੱਚ ਚਾਵਲਾਂ ਤੋਂ ਬਾਅਦ ਮੈਂ ਘੀ ਜਿਹੜਾ ਪਾਤਾ ਸੀਗਾ, ਲੇਕਿਨ ਦੇਖੋ ਜੇ ਕਿਸੇ ਨੇ, ਮੈਂ ਹੁਣ ਇਹਦੇ ਵਿੱਚ ਪਾਵਾਂ, ਜੇ ਕਿਸੇ ਨੇ ਉੱਤੋਂ ਵੀ ਘੀ ਪਾਉਣਾ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ, ਪਾਓ, ਜਿਹਨੇ ਖਾਣਾ ਘੀ ਖਾਓ, ਅਤੇ ਨਹੀਂ ਖਾਣਾ ਤਾਂ ਜਿੰਨਾ ਇਹਦੇ ਵਿੱਚ ਹੈ ਸਫੀਸ਼ੀਐਂਟ ਹੈ। ਅਤੇ ਜੇ ਤੁਸੀਂ ਸਰਵ ਕਰਨੀ ਹੈ, ਮੰਨ ਲਓ ਇਹ ਖਿਚੜੀ ਤਾਂ ਜਿਹੜੀ ਹੈ ਨਾ ਇਹ ਕਦੀ ਡਿਨਰ ਹੋਵੇ ਰਾਤ ਨੂੰ, ਤੁਸੀਂ ਦੇਖੋ ਅੱਜ ਕੱਲ੍ਹ ਤਾਂ ਹੋਟਲਾਂ ਦੇ ਵਿੱਚ 5 ਸਟਾਰ 3 ਸਟਾਰ 4 ਸਟਾਰ ਸਾਰੇ ਹੋਟਲਾਂ ਦੇ ਵਿੱਚ ਵੀ ਖਿਚੜੀ ਜਿਹੜੀ ਆ ਉਹ ਕਈ ਕਿਸਮ ਦੀ ਦਿੱਤੀ ਜਾਂਦੀ ਹੈ, ਪਰ ਇਹ ਇੱਕ ਇਹੋ ਜਿਹੀ ਖਿਚੜੀ ਹੈ, ਬਾਕੀ ਸਾਰੀਆਂ ਖਿਚੜੀਆਂ ਨੂੰ ਤੜਕੇ ਤੁੜਕੇ ਲਾਉਣੇ ਪੈਂਦੇ ਨੇ, ਇਹ ਇੱਕ ਇਹੋ ਜਿਹੀ ਖਿਚੜੀ ਹੈ ਜਿਹਨੂੰ ਤੜਕਾ ਤੁੜਕਾ ਕੁਛ ਨਹੀਂ ਲਾਉਣਾ ਪੈਂਦਾ, ਆਰਾਮ ਨਾਲ ਤੁਸੀਂ ਇਹ ਜਿਹੜੀ ਹੈ ਇਹਦੇ ਵਿੱਚ ਪਾਓ। ਅਤੇ ਬਹੁਤ ਜੇ ਕਿਸੇ ਨੂੰ ਸਰਵ ਵੀ ਕਰਨੀ ਹੈ ਮੰਨ ਲਓ ਤਾਂ ਉਹਦੇ ਵਾਸਤੇ ਇੱਕ ਐਂ ਵਿੱਚ ਬਣਾ ਕੇ ਨਾ ਐਵੇਂ ਛੋਟਾ ਜਿਹਾ ਇਸ ਤਰ੍ਹਾਂ, ਅਤੇ ਉਹਦੇ ਵਿੱਚ ਇਸ ਤਰ੍ਹਾਂ ਕਰਕੇ ਨਾ 1 ਚਮਚ ਘੀ ਦਿਖਾ ਲਿਓ, ਉਹਦੇ ਨਾਲ ਬਹੁਤ ਚਮਕ ਵੀ ਜਾਏਗੀ ਔਰ ਖਿਚੜੀ ਵੈਸੇ ਵੀ ਬੜੀ ਅੱਛੀ ਲੱਗੇਗੀ। ਘੀ ਤਾਂ ਮੈਂ ਤੁਹਾਨੂੰ ਦੱਸਿਆ ਸਾਡੇ ਤਾਜ਼ਾ ਬਣਿਆ ਸੀ। ਅੱਛਾ, ਇਹਨੂੰ ਨਾ ਤੁਸੀਂ ਜੇਕਰ ਖਾਓ ਕਦੀ ਅੰਬ ਦੇ ਅਚਾਰ ਨਾਲ, ਦੇਖੋ ਇਹਦਾ ਕੰਬੀਨੇਸ਼ਨ ਹੈ ਅੰਬ ਦੇ ਅਚਾਰ ਨਾਲ ਖਾਣਾ। ਅੱਛਾ, ਇੱਕ ਹੋਰ ਚੀਜ਼ ਹੈ, ਮੈਂ ਟੇਸਟ ਵੀ ਕਰਕੇ ਦੇਖਦੀ ਹਾਂ ਵੀ ਕਿੱਦਾਂ, ਅੱਜ ਟੇਸਟ ਵੀ ਮੈਨੂੰ ਆਪੇ ਹੀ ਕਰਨਾ ਪੈਣਾ ਹੈ। ਅਤੇ ਮੈਂ ਇਹ ਕਹਿ ਰਹੀ ਸੀ ਵੀ ਇੱਕ ਇਹਦੀ ਬੜੀ ਖਾਸੀਅਤ ਇਸ ਖਿਚੜੀ ਦੀ ਹੈ ਵੀ ਇਸਨੂੰ ਜੇ ਆਪਾਂ ਰਾਤ ਨੂੰ ਪਕਾ ਕੇ ਰੱਖ ਦਈਏ ਔਰ ਸਵੇਰੇ ਉੱਠ ਕੇ ਤਵੇ ਦੇ ਉੱਤੇ ਗਰਮ ਕਰਕੇ ਅਤੇ ਫਿਰ ਖਾਈਏ
ਤੇ ਉਸ ਦਾ ਤਾਂ ਕਿਆ ਨਜ਼ਾਰਾ ਹੁੰਦਾ ਵੇ। ਉਹਦੇ ਵਿੱਚ ਕੀ ਹੈ ਵੀ ਤਵੇ ਦੇ ਉੱਤੇ ਖਿਚੜੀ ਪਾ ਦਿਓ, ਘਿਓ ਨਹੀਂ ਪਾਉਣਾ, ਉਹਨੂੰ ਗਰਮ ਹੋਣ ਦਿਓ, ਜਦੋਂ ਥੋੜ੍ਹਾ ਜਿਹਾ ਥੱਲਿਓ ਨਾ ਪਾਪੜ ਬਣ ਜਾਏਗਾ। ਔਰ ਫਿਰ ਜਿਹੜੀ ਵੀ ਪਲੇਟ ਵੀ ਤੁਸੀਂ ਸਰਵ ਕਰਨਾ, ਪਾਪੜ ਨੂੰ ਉੱਪਰ ਔਰ ਖਿਚੜੀ ਨੂੰ ਥੱਲੇ ਕਰ ਦਿਓ, ਅਤੇ ਬੜੇ ਮਜ਼ੇਦਾਰ ਜਿਹੜੀ ਹੈ ਉਹ ਬਣੇਗੀ। ਲਓ ਹੁਣ ਮੈਂ ਵੀ ਟੇਸਟ ਕਰਕੇ ਦੇਖ ਲੈਂਦੀ ਹਾਂ, ਪਰ ਮੈਨੂੰ ਤਾਂ ਆਉਂਦਾ ਅੰਬ ਦੇ ਅਚਾਰ ਨਾਲ ਸਵਾਦ। ਅੰਬ ਦਾ ਅਚਾਰ ਅੱਛੀ ਜੀ, ਕੋਈ ਫਾੜੀ ਲਵਾਂ। ਲਓ ਦੇਖੀਏ ਫਿਰ, ਵਾਹ ਸੇਮ ਟੇਸਟ ਹੈ ਜੋ ਮੇਰੀ ਮਾਂ ਬਣਾਉਂਦੀ ਸੀਗੀ, ਜਿਸ ਤਰ੍ਹਾਂ ਦੀ ਅਸੀਂ ਬਚਪਨ 'ਚ ਖਾਂਦੇ ਸੀਗੇ। ਇੰਨੀ ਮਜ਼ੇਦਾਰ ਚੀਜ਼ ਹੈ ਔਰ ਇਹ ਸਿੱਧ ਹੋ ਗਿਆ ਵੀ ਇਹ ਚਾਵਲ ਅਤੇ ਦਾਲ ਤੋਂ ਵਧੀਆ ਵੈੱਜ ਪ੍ਰੋਟੀਨ ਕੋਈ ਨਹੀਂ, ਸਭ ਤੋਂ ਦੀ ਬੈਸਟ ਜਿਹੜੀ ਪ੍ਰੋਟੀਨ ਹੈ। ਖਾਓ, ਆਨੰਦ ਲਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਫ ਯੂ ਵਾਂਟ। ਥੈਂਕ ਯੂ।